गैंगस्टर जग्गू भगवानपुरी दी हुई पेशी। मुक्तसर साहिब दे केस विच गिरफ्तार हुए जग्गू गैंगस्टर नूं कोर्ट विच पेश कीता गया है। मिली जानकारी मुताबिक जग्गू गैंगस्टर दी 3 दिन दी पुलिस रिमांड खत्म होण तों बाद उसनूं कोर्ट विच पेश कीता गया है। ਕੀ ਹੋਇਆ ਸਰ ਕੋਰਟ? ਹਾਂਜੀ, ਅੱਜ ਇਹ 67 ਨੰਬਰ 2021 ਦਾ ਜਿਹੜਾ ਮੁਕੱਦਮਾ ਸੀ ਸਿਟੀ ਸ੍ਰੀ ਮੁਕਤਸਰ ਸਾਹਿਬ ਦਾ, ਉਹਦੇ 'ਚ ਅਸੀਂ ਇਹਨੂੰ ਗ੍ਰਿਫਤਾਰ ਕਰਕੇ 22 ਤਰੀਕ ਨੂੰ ਜਿਹੜਾ ਕੋਰਟ ਦੇ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ, ਜਿਸ ਦੀ ਅੱਜ 24 ਤਰੀਕ ਨੂੰ ਜਿਹੜਾ ਪੁਲਿਸ ਰਿਮਾਂਡ ਸਾਡਾ ਖਤਮ ਹੋ ਗਿਆ ਸੀ। ਅਸੀਂ ਅੱਜ ਦੁਬਾਰਾ ਜਿਹੜਾ ਕੋਰਟ 'ਚ ਪੇਸ਼ ਕੀਤਾ, ਜੋ ਕੋਰਟ ਨੇ ਸਾਨੂੰ 6 ਫਰਵਰੀ ਤੱਕ ਜਿਹੜਾ ਜੁਡੀਸ਼ਲ ਰਿਮਾਂਡ ਦਿੱਤਾ, ਅਤੇ ਅਸੀਂ ਹੁਣ ਜੁਡੀਸ਼ਲ ਜਿਹੜਾ ਭੇਜ ਰਹੇ ਹਾਂ। ਸਰ, ਕੋਈ ਪੁੱਛਗਿੱਛ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਦੇ ਇਹਨਾਂ ਨੇ ਵੱਲੋਂ ਕਾਲਿੰਗ ਸੀ, ਜਿਸ ਤਰ੍ਹਾਂ ਲੱਗਦਾ ਨੇੜੇ ਪਹੁੰਚੇ ਆ ਕਿਤੇ? ਸਰ, ਨਹੀਂ, ਮੈਟਰ ਆਫ ਇਨਵੈਸਟੀਗੇਸ਼ਨ ਹੈ, ਇਹ ਤੁਹਾਨੂੰ ਨਿਕਲੇ। ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX News, ਦਾ ਅਫੀਸ਼ੀਅਲ YouTube ਚੈਨਲ।